ਜਿੱਥੇ ਨਗਰ ਨਿਗਮ ਤੇ ਪੰਜਾਬ ਪੁਲਿਸ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਲਗਾਤਾਰ ਰੇਡੀਆਂ ਦਾ ਸਿਲਸਿਲਾ ਜਾਰੀ ਚੱਲ ਰਿਹਾ ਤੇ ਉੱਥੇ ਹੀ 34 ਜ਼ੋਨ ਬਣਾ ਦਿੱਤੇ ਗਏ ਨੇ। 34 ਜਗ੍ਹਾ ਦੇ ਉੱਤੇ ਜੋ ਚਪਾਟੀ ਟਾਈਪ ਰੇਡੀਆਂ ਲੱਗਣਗੀਆਂ ਤੇ ਉੱਥੇ ਦੁਕਾਨਦਾਰਾਂ ਨੂੰ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਤੇ ਕਈ ਦੁਕਾਨਾਂ ਦਾ ਕੰਮਕਾਰ ਉਹ ਠੱਪ ਹੋ ਰਿਹਾ ਤੇ ਉੱਥੇ ਦੂਜੇ ਪਾਸੇ ਕਿਰੋ ਦੁਕਾਨਦਾਰ ਇਕੱਠੇ ਹੋ ਕੇ ਇਸ ਬਾਰੇ ਨਗਰ ਨਿਗਮ ਤੇ ਪੁੱਡਾ ਦੇ ਅਫਸਰਾਂ ਨੂੰ ਮਿਲੇ ਨੇ। ਅਸੀਂ ਇਹਨਾਂ ਕੋਲ ਜਾਣਦੇ ਹਾਂ ਕੀ ਮਾਮਲਾ ਕੀ ਹੈ। ਅੱਜ ਸਾਰੇ ਦੁਕਾਨਦਾਰ ਇਕੱਠੇ ਹੋਏ ਨੇ, ਤੁਹਾਡੇ ਇੱਧਰ ਮਾਰਕੀਟ ਦੇ ਵਿੱਚ ਚਪਾਟੀ ਲੱਗ ਰਹੀ ਹੈ, ਸਰਕਾਰ ਵੱਲੋਂ ਹੀ ਨੋਟੀਫਿਕੇਸ਼ਨ ਜੋ ਹੈ ਜਾਰੀ ਕੀਤੀ ਗਈ ਹੈ, ਜਲੰਧਰ ਦੇ 34 ਜਗ੍ਹਾ ਦੇ ਉੱਤੇ ਜਿਹੜੀਆਂ ਰੇਹੜੀਆਂ ਲੱਗਣਗੀਆਂ ਜੋ ਸੜਕਾਂ ਦੇ ਵਿੱਚ ਟ੍ਰੈਫਿਕ ਪੁਲਿਸ ਦਾ ਜੋ ਟ੍ਰੈਫਿਕ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੋ ਸਾਡੀ ਹੈ ਕਿ ਜਿਹੜਾ ਜ਼ੋਨਿੰਗ ਹੋਈ ਹੈ ਇਹਦੇ ਵਿੱਚ ਪ੍ਰੋਪਰ ਗਰਾਊਂਡ ਸਰਵੇ ਨਹੀਂ ਕੀਤਾ ਗਿਆ, ਖਾਸ ਕਰਕੇ ਛੋਟੀ ਬਾਰਾਦਰੀ ਏਰੀਆ ਦਾ। ਤੁਸੀਂ ਦੇਖੋਗੇ ਇਹ ਛੋਟੀ ਬਾਰਾਦਰੀ ਦਾ ਜਿਹੜਾ ਏਰੀਆ ਜਿੱਥੇ ਰੇੜੀਆਂ ਲਗਾਉਣ ਦੀ ਪਹਿਲੇ ਕੋਸ਼ਿਸ਼ ਕੀਤੀ ਗਈ ਉਹ ਮਾਰਕੀਟ ਦਾ ਪਾਰਕਿੰਗ ਏਰੀਆ, ਅਤੇ ਦੂਸਰਾ ਹੁਣ ਜਿਹੜਾ ਇਹ ਉਠਾ ਕੇ ਪਾਰਕਿੰਗ ਤੋਂ ਬਾਹਰ ਲੈ ਗਏ ਨੇ, ਪਰ ਫਿਰ ਵੀ ਇਹ ਪ੍ਰੋਪਰ ਮਾਰਕੀਟ ਜਿਹੜਾ ਹੈ ਜ਼ੋਨ ਵਾਸਤੇ ਸਹੀ ਨਹੀਂ ਹੈ ਜਿੱਥੇ ਰੇੜੀ ਲੱਗ ਸਕੇ। ਤੁਸੀਂ ਦੇਖਿਆ ਜਾਏ ਇੱਥੇ ਸਾਡੇ ਕੋਲ ਇਸ ਮਾਰਕੀਟ ਦੇ ਵਿੱਚ ਐਜੂਕੇਸ਼ਨ ਹੱਬ ਹੈ, ਇੱਥੇ ਰੋਜ਼ 1000 ਬੱਚਾ ਪੜ੍ਹਨ ਆਉਂਦਾ ਹੈ। ਹੁਣ ਇੱਥੇ ਜੇ ਰੇੜੀ ਲੱਗ ਜਾਏਗੀ, ਚਪਾਟੀ ਬਣ ਜਾਏਗੀ, ਤਾਂ ਓਬਵੀਅਸਲੀ ਇੱਥੇ ਇੱਕ ਤਾਂ ਕੁਆਲਿਟੀ ਫੂਡ ਦੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੈ, ਬੱਚਾ ਖਾਏਗਾ ਬਿਮਾਰ ਹੋ ਸਕਦਾ। ਉਸ ਤੋਂ ਇਲਾਵਾ ਇਸ ਮਾਰਕੀਟ ਦੇ ਵਿੱਚ ਕਈ ਦੁਕਾਨਾਂ ਫੂਡ ਦੀਆਂ ਵੀ ਹੈਗੀਆਂ, ਉਹਨਾਂ ਲੋਕਾਂ ਦਾ ਬਿਜ਼ਨਸ ਵੀ ਇਫੈਕਟ ਹੋਏਗਾ। ਅਤੇ ਇਸ ਤੋਂ ਇਲਾਵਾ ਸਰਕਾਰ ਨੂੰ ਇਹ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ, ਇਹ ਕੋਈ ਜ਼ੋਨ ਡਿਕਲੇਅਰ ਕਰਨ ਤੋਂ ਪਹਿਲਾਂ ਪ੍ਰੋਪਰ ਗਰਾਊਂਡ ਸਰਵੇ ਕਰਨਾ ਚਾਹੀਦਾ ਸੀ, ਜੋ ਨਹੀਂ ਕੀਤਾ। ਸਾਨੂੰ ਪੁਲਿਸ ਵੱਲੋਂ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਪਹਿਲੇ ਚੈਕਿੰਗ ਸਰਵੇ ਕੀਤਾ ਜਾਂਦਾ, ਉਸ ਤੋਂ ਬਾਅਦ ਕਿਹੜੀਆਂ ਰੇਹੜੀਆਂ ਉਹ ਅਲੱਗ ਅਲੱਗ ਕਿੱਦਾਂ ਜਾਏ ਬੱਸ ਸਟੈਂਡ ਤੋਂ ਲੈ ਕੇ ਗੜਾ ਮਾਰਕੀਟ ਤੱਕ ਕਿੰਨੀਆਂ ਰੇਹੜੀਆਂ ਉਹਨਾਂ ਨੂੰ ਉੱਥੇ ਜ਼ੋਨਾਂ ਦੇ ਵਿੱਚ ਲਗਾ ਦਿੱਤਾ ਜਾਂਦਾ। ਹੁਣ ਮੇਨ ਤੁਹਾਡੀ ਮੁਸ਼ਕਲ ਪਾਰਕਿੰਗ ਦੀ ਸੀ, ਪਾਰਕਿੰਗ ਤੋਂ ਬਾਅਦ ਕਿਹੜੀਆਂ ਤੁਹਾਡੀਆਂ ਰੇਹੜੀਆਂ ਉਹ ਤੁਹਾਡੀ ਪਾਰਕਿੰਗ ਦੇ ਵਿੱਚ ਆ ਜਾਂਦੀਆਂ, ਉਸ ਤੋਂ ਬਾਅਦ ਜਦੋਂ ਤੁਹਾਡੇ ਵੱਲੋਂ ਅਫਸਰਾਂ ਨੂੰ ਮਿਲਿਆ ਜਾਂਦਾ, ਅਫਸਰ ਆ ਕੇ ਇੱਥੇ ਕਿਹੜੀਆਂ ਰੇਹੜੀਆਂ ਨੂੰ ਚੁਕਾਇਆ ਜਾਂਦਾ, ਹੁਣ ਤੁਹਾਨੂੰ ਇਸ ਦੇ ਉੱਤੇ ਕਿਹੜਾ ਰੇਹੜੀਆਂ ਲੱਗ ਗਈਆਂ ਉਸ ਦੇ ਉੱਤੇ? ਪਹਿਲੇ ਤਾਂ ਗੱਲ ਹੈ ਕਿ ਕਾਰਪੋਰੇਸ਼ਨ ਦੇ ਸਾਨੂੰ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੇ ਕਈ ਅਫੀਸ਼ਲਸ ਨਾਲ ਨਾਰਾਜ਼ਗੀ ਹੈ ਕਿ ਉਹਨਾਂ ਨੇ ਪਹਿਲੇ ਹੀ ਤਾਂ ਗੱਲ ਲੋਕ ਜਿਹੜੇ ਮਾਰਕੀਟ ਦੇ ਓਨਰਸ ਨੇ ਜਾਂ ਇਹ ਬਿਲਡਿੰਗਾਂ ਦੇ ਜਿਹੜੇ ਆਕੂਪਾਇਰਸ ਨੇ ਉਹਨਾਂ ਨਾਲ ਸਲਾਹ ਨਹੀਂ ਕੀਤੀ, ਜੋ ਗਰਾਊਂਡ ਸਰਵੇ ਤੋਂ ਪਹਿਲਾਂ ਉਹਨਾਂ ਨੂੰ ਵੀ ਵਿੱਚ ਕੌਨਫੀਡੈਂਸ ਲੈਣਾ ਚਾਹੀਦਾ ਸੀਗਾ। ਇਹਨਾਂ ਨੇ ਕਿਸੇ ਨੂੰ ਕੌਨਫੀਡੈਂਸ ਹੀ ਨਹੀਂ ਲਿਆ। ਉਸ ਤੋਂ ਬਾਅਦ ਅੱਜ ਸਵੇਰੇ ਧੱਕਾਸ਼ਾਹੀ ਕੀਤੀ ਗਈ, ਇੱਥੇ ਮਾਰਕੀਟ ਦੇ ਅੰਦਰ ਰੇੜੀਆਂ ਲਿਆਈਆਂ ਗਈਆਂ। ਫਿਰ ਜਦੋਂ ਅਸੀਂ ਉੱਚ ਪੱਧਰੀ ਅਫਸਰਾਂ ਨੂੰ ਮਿਲੇ, ਕਮਿਸ਼ਨਰ ਸਾਹਿਬ ਨੂੰ ਮਿਲੇ ਕਾਰਪੋਰੇਸ਼ਨ ਦੇ, ਉਹਨਾਂ ਨੇ ਵੀ ਇਹੀ ਸਾਨੂੰ ਆਸ਼ਵਾਸਨ ਦਿੱਤਾ ਕਿ ਪਾਰਕਿੰਗ ਦੇ ਅੰਦਰ ਨਹੀਂ ਲੱਗ ਸਕਦੀ, ਇਹ ਬਾਹਰ ਲਿਜਾਈ ਜਾਏਗੀ। ਫਿਰ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਨੌਲੇਜ 'ਚ ਲੈ ਕੇ ਆਏ, ਫਿਰ ਪੁਲਿਸ ਪ੍ਰਸ਼ਾਸਨ ਜਦੋਂ ਐਕਸ਼ਨ 'ਚ ਆਇਆ, ਫਿਰ ਰੇੜੀਆਂ ਮੂਵ ਹੋਈਆਂ। ਹੁਣ ਤੁਹਾਡੇ ਵੱਲੋਂ ਜੋ ਰੇੜੀਆਂ ਮੂਵ ਕਰ ਦਿੱਤੀਆਂ ਗਈਆਂ, ਇੱਕ ਬੈਰੀਗੇਡ ਦੇ ਅੰਦਰ ਲਗਾ ਦਿੱਤੀਆਂ ਗਈਆਂ, ਹੁਣ ਤੋਂ ਇਸ ਬਾਰੇ ਕਿਹੜੇ ਤੁਹਾਡੇ ਵੱਲੋਂ ਸਹਿਮਤੀ ਹੈ? ਸਾਨੂੰ ਇੰਨਾ ਆਸ਼ਵਾਸਨ ਦਿੱਤਾ ਗਿਆ ਇਹ ਵੀ ਟੈਂਪਰਰੀ ਹੈ, ਤਾਂ ਕਰਕੇ ਇਹ ਕਿਹਾ ਗਿਆ ਕਿ ਇਹਨੂੰ ਇੱਕ ਪਰਮਾਨੈਂਟ ਜਗ੍ਹਾ ਸ਼ਿਫਟ ਕੀਤਾ ਜਾਏਗਾ, ਇਹ ਤੋਂ ਕਿਤੇ ਹੋਰ ਲਿਜਾਇਆ ਜਾਏਗਾ। ਅਸੀਂ ਤਾਂ ਆਸ਼ਵਾਸਨ 'ਤੇ ਉਸ ਆਸ਼ਵਾਸਨ 'ਤੇ ਪ੍ਰਸ਼ਾਸਨ ਨਾਲ ਖੜ੍ਹੇ ਹਾਂ। ਸਰ, ਸਰਕਾਰ ਉਹਨਾਂ ਦਾ ਕਹਿਣਾ, ਸਰਕਾਰ ਵੱਲੋਂ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਆਪਾਂ ਭੇਜਿਆ ਗਿਆ, 34 ਜਲੰਧਰ ਦੀਆਂ ਕਿਹੜੀਆਂ ਜਗ੍ਹਾ ਦੇ ਉੱਤੇ ਰੇਹੜੀਆਂ ਲੱਗੀਆਂ ਜਾਣਗੀਆਂ, ਹਾਂ ਵੀ ਇੱਕ ਚਪਾਟੀ ਟਾਈਪ ਲੱਗੀਆਂ ਜਾਣਗੀਆਂ। ਸਰ, ਇਹ ਤਾਂ ਸਰਕਾਰ ਨੇ ਦੇਖਣਾ ਹੈ ਕਿ ਜਿਹੜੀ ਉਹਨਾਂ ਨੇ ਆਲਰੇਡੀ ਗ੍ਰੀਨ ਬੈਲਟ ਜਿੱਥੇ ਅੱਜ ਰੇਹੜੀਆਂ ਲੱਗੀਆਂ, ਮੇਰੇ ਹਿਸਾਬ ਨਾਲ ਇਹ ਪੁੱਡਾ ਦੀ ਗ੍ਰੀਨ ਬੈਲਟ ਏਰੀਆ ਹੈ। ਜੇ ਗ੍ਰੀਨ ਬੈਲਟ ਏਰੀਆ ਨੂੰ ਇੱਥਾਂ ਆਪਾਂ ਰੇਹੜੀਆਂ ਲਾ ਕੇ ਉਹਨੂੰ ਫਿਰ ਉਹ ਗ੍ਰੀਨ ਬੈਲਟ ਤਾਂ ਰਹਿਣਗੀ ਨਹੀਂ ਹੈ, ਠੀਕ ਹੈ ਜੀ, ਫਿਰ ਉਹਦਾ ਕੀ ਫਾਇਦਾ ਹੋਏਗਾ ਇਹ ਮੈਨੂੰ ਸਰਕਾਰ ਹੀ ਜਾਣਦੀ ਹੈ ਜੀ ਇਸ ਬਾਰੇ। ਤਾਂ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਦੁਕਾਨਦਾਰਾਂ ਨਾਲ ਕਿ ਉੱਥੇ ਕਿੱਥੇ ਰੇਹੜੀਆਂ ਨੂੰ ਰੇਹੜੀਆਂ ਵਾਲਿਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਉੱਥੇ ਹੀ ਦੁਕਾਨਦਾਰ ਨਾਰਾਜ਼ ਨਜ਼ਰ ਆ ਰਹੇ ਨੇ ਅਤੇ ਦੁਕਾਨਦਾਰਾਂ ਵੱਲੋਂ ਕਿਹਾ ਜਾਂਦਾ ਨਾ ਨਗਰ ਨਿਗਮ ਟੀਮ ਅਤੇ ਨਾ ਪੰਜਾਬ ਪੁਲਿਸ ਦੀ ਟੀਮ ਆ ਕੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਨਾ ਦੱਸਿਆ ਗਿਆ ਇਸ ਜਗ੍ਹਾ 'ਤੇ ਤੁਹਾਡੀ ਦੁਕਾਨਾਂ ਦੇ ਬਾਹਰ ਰੇਹੜੀਆਂ ਲੱਗੀਆਂ ਜਾਣਗੀਆਂ। ਦੇਖਣਾ ਹੋਏਗਾ ਪ੍ਰਸ਼ਾਸਨ ਨਗਰ ਨਿਗਮ ਅਤੇ ਜਲੰਧਰ ਪੁਲਿਸ ਵੱਲੋਂ ਦੁਕਾਨਦਾਰਾਂ ਦੇ ਨਾਲ ਬਹਿ ਕੇ ਮੀਟਿੰਗ ਕੀਤੀ ਜਾਂਦੀ ਹੈ।
ਜਾਂ ਨਹੀਂ। ਕੈਮਰਾਮੈਨ ਰਾਜਨ ਦੇ ਨਾਲ ਸੋਨੂੰ ਮਹਾਜਨ, ਜਗਬਾਣੀ ਟੀਵੀ, ਜਲੰਧਰ।